नशे छड़ के माँ प्यो का पता लगता है ना भी की अहमियत है माँ प्यो की। मेरा एक गाना आ रहा एल्बम के मोटे ला के हाण दिए तेरे बिच वजन वो अपनी घरवाली ना भी गलबात करनी होंगी बंदे ने माँ प्यो छड़ के थोड़ा जा ते जवानी बारे ना तुसी अपनी घरवाली ना पिक नहीं लाते तीन मुंडे मर गए दुख होंगे फिल्मां देख के याद आई और प्लेयर ਵਧੀਆ ਪਲੇਅਰ ਸੀ ਕ੍ਰਿਕਟ ਖੇਡਦਾ ਸੀ ਦੋਨੇ ਮੁੰਡੇ ਕ੍ਰਿਕਟ ਖੇਡਦੇ ਸੀ ਬਹੁਤ ਘੈਂਟ ਪਲੇਅਰ ਸੀ ਤੇ ਜੀ ਖਾਨ ਭਾਅ ਜੀ ਸਾਡੇ ਨਾਲ ਨੇ ਗੱਲ ਕਰ ਲੈਂਦੇ ਆ ਭਾਅ ਜੀ ਜ਼ਿੰਦਗੀ ਜਿੰਦਾਬਾਦ ਜੀ ਭਾਈ ਜ਼ਿੰਦਗੀ ਜਿੰਦਾਬਾਦ ਹੀ ਹੈ ਕੀ ਕਹਿਣਾ ਚਾਹੁੰਦੇ ਹੋ ਮੂਵੀ ਦੇਖ ਕੇ ਆਏ ਹੋ ਇੱਕ ਚੰਗਾ ਮੈਸੇਜ ਵੀ ਮੂਵੀ ਦੇ ਮੂਵੀ 'ਚ ਮੈਸੇਜ ਤਾਂ ਹੈਗਾ ਹੀ ਹੈਗਾ ਵੀ ਨਸ਼ੇ ਛੱਡੋ ਹੈ ਨਾ ਵਧੀਆ ਗੱਲ ਆ ਮਾਂ ਪਿਓ ਆ ਜਾ ਮੇਰੇ ਨਾਲ ਆ ਜਾ ਭਰਾ ਹੈ ਆਪਣਾ ਵੱਡਾ ਜੀ ਅਤੇ ਗੱਲ ਇਹ ਆ ਕਿ ਨਸ਼ੇ ਛੱਡ ਕੇ ਮਾਂ ਪਿਓ ਦਾ ਪਤਾ ਲੱਗਦਾ ਹੈ ਨਾ ਵੀ ਕੀ ਅਹਿਮੀਅਤ ਹੈ ਮਾਂ ਪਿਓ ਦੀ। ਮੇਰਾ ਇੱਕ ਗਾਣਾ ਆ ਰਿਹਾ ਐਲਬਮ ਦੇ ਵਿੱਚ ਉਹ ਵੀ ਇੱਦਾਂ ਹੀ ਹੈ ਕਿ ਅੱਜ ਕੱਲ੍ਹ ਜਿੱਦਾਂ ਮੁੰਡੇ ਨਸ਼ੇ ਕਰਕੇ ਆਪਣੇ ਪਿਓ ਦੇ ਮਾਰ ਦਿੰਦੇ ਆ ਫਿਰ ਉਹਦੇ ਉਸ ਪੁੱਤਰ ਦੇ ਫਿੱਟੇ ਮੂੰਹ ਆ ਹੈ ਨਾ ਲੱਖ ਲਾਹਨਤ ਆ ਇਹੋ ਜਿਹੇ ਪੁੱਤ ਦੇ ਜਿਹੜਾ ਪਿਓ ਦੇ ਹੱਥ ਚੱਕੇ ਤਾਂ। ਬਾਕੀ ਨਿੰਜੇ ਦੀ ਐਕਟਿੰਗ ਮੈਨੂੰ ਬਹੁਤ ਘੈਂਟ ਲੱਗੀ ਅਤੇ ਕੰਬੀ ਦੀ ਪਰਗੀਤ ਉਹ ਵੀ ਨੇ ਪੈਗ ਮੋਟੇ ਲਾ ਕੇ ਹਾਣ ਦੀਏ ਤੇਰੇ ਵਿੱਚ ਵੱਜਣ ਨੂੰ ਉਹ ਆਪਣੀ ਘਰਵਾਲੀ ਨਾਲ ਵੀ ਗੱਲਬਾਤ ਕਰਨੀ ਹੁੰਦੀ ਹੈ ਬੰਦੇ ਨੇ ਮਾਂ ਪਿਓ ਨੂੰ ਛੱਡ ਕੇ ਥੋੜਾ ਜਾ ਤੇ ਜਵਾਨੀ ਬਾਰੇ ਨਾ ਤੁਸੀਂ ਆਪਣੀ ਘਰਵਾਲੀ ਨਾਲ ਪਿੱਗ ਨਹੀਂ ਲਾਉਂਦੇ ਨਹੀਂ ਮੇਰਾ ਵਿਆਹ ਨਹੀਂ ਹੋਇਆ ਜੀ ਫਿਰ ਜਦੋਂ ਹੋ ਗਿਆ ਫਿਰ ਤੈਨੂੰ ਪਤਾ ਲੱਗੂਗਾ ਬਿਨਾਂ ਪਿੱਗ ਤੋਂ ਹੌਸਲਾ ਹੀ ਨਹੀਂ ਪੈਂਦਾ ਜਨਾਨੀ ਕੋਲੇ ਜਾਣ ਦਾ ਭਰਾਵਾ ਕੀ ਜਵਾਨੀ ਬਾਰੇ ਕੀ ਕਹਿਣਾ ਚਾਹੋਗੇ ਇਸ ਲਾਈਨਾਂ 'ਚ ਚਿੱਟਾ ਡਰੱਗਸ ਇਹ ਜ਼ਿੰਦਗੀ ਤੋਂ ਇਹ ਤੋਂ ਗਰੇਜ਼ ਕਰੋ ਪਿੱਗ ਪੁੱਗ ਦਾ ਕੀ ਹੈ ਇਹਦਾ ਨਾਰਮਲੀ ਗੱਲ ਆ ਸਾਰੇ ਕਲਾਕਾਰ ਲਾਉਂਦੇ ਮੈਂ ਲਾਉਣਾ ਦੈਟਸ ਇਟ ਇਹ ਅਸੀਂ ਚਿੱਟਾ ਨਹੀਂ ਨਾ ਲਾਉਂਦੇ ਗੱਲ ਇਹ ਆ ਕਿ ਚਿੱਟੇ ਚੁੱਟੇ ਤੋਂ ਪਰਹੇਜ਼ ਕਰੋ ਮੇਰਾ ਭਰਾ ਤੇ ਪਰਿਵਾਰ ਦੇ ਪਰਿਵਾਰ ਉਜੜ ਜਾਂਦੇ ਆ ਚਿੱਟੇ ਕਰਕੇ ਕਹ ਰਹੇ ਹਰ ਦਿਨ ਨੌਜਵਾਨੀ ਮੇਰੇ ਪਿੰਡ ਦੇ ਮੁੰਡੇ ਨਾਲ ਦੇ ਕਈ ਮੇਰੇ ਪੁਰਾਣੇ ਦੋਸਤ ਜਿਹੜੇ ਬਚਪਨ 'ਚ ਮੇਰੇ ਨਾਲ ਖੇਡਦੇ ਰਹੇ ਆ ਉਹ ਉੱਧੇ ਰਹਿ ਗਏ ਮਰ ਗਏ ਜਿਹੜੇ ਨਸ਼ੇ ਕਰਕੇ ਮਰ ਗਏ। ਹਾਂਜੀ ਕਿੰਨੇ ਕੁ ਯਾਰ ਦੋਸਤ ਸੀਗੇ? ਤਿੰਨ ਕੁ ਮੁੰਡੇ ਮਰ ਗਏ। ਕਿੰਨਾ ਕੁ ਦੁੱਖ ਹੁੰਦਾ ਇੱਦਾਂ ਦੀਆਂ ਫਿਲਮਾਂ ਦੇਖ ਕੇ ਯਾਦ ਆਈ ਔਰ ਉਹ ਪਲੇਅਰ ਸੀਗੇ ਵਧੀਆ ਪਲੇਅਰ ਸੀ ਕ੍ਰਿਕਟ ਖੇਡਦਾ ਸੀ ਦੋਨੇ ਮੁੰਡੇ ਕ੍ਰਿਕਟ ਖੇਡਦੇ ਸੀ ਬਹੁਤ ਘੈਂਟ ਪਲੇਅਰ ਸੀ। ਵਜ੍ਹਾ ਕੀ ਬਣੀ ਫਿਰ ਨਸ਼ੇ ਦੇ ਵਿੱਚ ਪੈ ਗਏ? ਡਰੱਗ ਵਧੀਆ ਤਗੜੇ ਘਰੋਂ ਮੁੰਡੇ ਸੀ ਯਾਦ ਆਉਂਦੀ ਆ ਉਹਨਾਂ ਦੀ ਇੱਦਾਂ ਦੀ ਮੂਵੀਆਂ ਦੇ ਯਾਦ ਕਰੀਦਾ ਵੀ ਯਾਰ ਬਹੁਤ ਵਧੀਆ ਖੇਡਦੇ ਹੁੰਦੇ ਸੀਗੇ ਹਨਾ ਪੰਜਾਬੀ ਗਾਇਕ ਜੀ ਖਾਨ ਸਾਡੇ ਨਾਲ ਸੀਗੇ ਉਹਨਾਂ ਨਾਲ ਗੱਲ ਕੀਤੀ ਹੈ ਕਿਉਂਕਿ ਬੜੀ ਪਿਆਰੀ ਮੂਵੀ ਆਈ ਹੈ ਪਿਆਰਾ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ। ਜਵਾਨੀ ਅੱਜ ਕੱਲ੍ਹ ਨਸ਼ੇ ਦੇ ਦਲਦਲ ਦੇ ਵਿੱਚ ਧੱਸਦੀ ਜਾ ਰਹੀ ਹੈ ਜਿਸ ਨੂੰ ਲੈ ਕੇ ਮੂਵੀ ਬਣਾਈ ਹੈ ਅਤੇ 2019 ਤੋਂ ਲੈ ਕੇ 4 ਸਾਲ ਬਾਅਦ ਇਹ ਮੂਵੀ ਜਿਹੜੀ ਹੈ ਇੱਕ ਲੰਬਾ ਸਮਾਂ ਹੋ ਜਾਂਦਾ ਰਿਲੀਜ਼ ਕੀਤੀ ਗਈ ਹੈ ਅਤੇ ਜੀ ਖਾਨ ਵੀ ਪਹੁੰਚੇ ਨੇ ਗੱਲਬਾਤ ਕੀਤੀ ਸਾਰੀ ਗੱਲਬਾਤ ਨੂੰ ਲੈ ਕੇ ਤੁਸੀਂ ਕੀ ਸੋਚਦੇ ਸਾਨੂੰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸੋ। ਵੀਡੀਓ ਜਰਨਲਿਸਟ ਹਰਿੰਦਰ ਦੇ ਨਾਲ ਦਾ ਫੈਕਟ ਨਿਊਜ਼ ਮੋਹਾਲੀ।